ਅੱਜ ਪਹੁੰਚੇ ਸੀ ਆਪਾਂ ਹੁਸ਼ਿਆਰਪੁਰ, ਜਿੱਥੇ ਆਪਾਂ ਨੂੰ ਟਰੈਕਟਰ ਦਾ ਹਰ ਪਾਰਟ ਪੁਰਾਣਾ ਜਿੱਥੋਂ ਕੰਪਨੀ ਦੇ ਟਰੈਕਟਰਾਂ ਦਾ ਚੁੱਕਦੇ ਨੇ। ਬਾਕੀ ਆ ਹਿੱਸੇ ਵਗੈਰਾ ਦੇਖ ਲਓ, ਵੱਡੇ ਪਏ ਨੇ ਸਾਰੇ ਨਵੇਂ। ਬਾਕੀ ਕਿਸੇ ਭਰਾ ਨੇ ਟਰੈਕਟਰ ਤਿਆਰ ਵਗੈਰਾ ਕਰਾਉਣਾ ਹੋਵੇ, ਬਾਕੀ ਇੱਧਰ ਟਰੈਕਟਰ ਵੀ ਇਹਨਾਂ ਕੋਲ ਪਏ ਨੇ ਖੁੱਲ੍ਹੇ ਵੇ, ਕਿਉਂਕਿ ਟਰੈਕਟਰ ਸਾਰੇ ਤੋਲ ਕੇ ਹੀ ਮਿਲਦੇ ਨੇ ਇਹਨਾਂ ਕੋਲ ਸਾਰੇ ਟਰੈਕਟਰ। ਵੈਸੇ ਰੇਟ 130 ਰੁਪਏ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤੋਲ ਕੇ ਮਿਲਦੇ ਨੇ ਸਾਰੇ। ਸਤਿ ਸ਼੍ਰੀ ਅਕਾਲ, ਸਵਾਗਤ ਆ ਤੁਹਾਡਾ ਆਪਣੇ ਚੈਨਲ ਜੀ ਐਂਟੀ ਬਰਗਾੜੀ 'ਤੇ। ਸੋ ਅੱਜ ਪਹੁੰਚੇ ਸੀ ਆਪਾਂ ਹੁਸ਼ਿਆਰਪੁਰ, ਜਿੱਥੇ ਆਪਾਂ ਨੂੰ ਟਰੈਕਟਰ ਦਾ ਹਰ ਪਾਰਟ ਪੁਰਾਣਾ ਜਿੱਥੋਂ ਕੰਪਨੀ ਦੇ ਟਰੈਕਟਰਾਂ ਦਾ ਚੁੱਕਦੇ ਨੇ, ਜਿੱਥੋਂ ਪਟਿਆਲੇ ਦਾ ਹਰ ਸਮਾਨ ਇੱਥੇ ਜਗ੍ਹਾ 'ਤੇ ਆਉਂਦਾ, ਹਰ ਟਰੈਕਟਰ ਦਾ ਪਾਰਟਸ ਸੋਨਾਲੀਕਾ ਦਾ ਮਿਲਦਾ। ਚਲੋ ਆਪਾਂ ਉੱਥੇ ਸਿੱਧੇ ਆਏ ਸੀ ਅੱਜ, ਅਤੇ ਆਓ ਅੱਜ ਤੁਹਾਨੂੰ ਦਿਖਾਉਂਦੇ ਹਾਂ ਅੰਦਰ ਜਾ ਕੇ ਕੀ ਆਪਾਂ ਨੂੰ ਇਸ ਟਰੈਕਟਰ ਦਾ ਜੋ ਸੋਨਾਲੀਕਾ ਆਪਾਂ ਨੋਇਡਾ ਤੋਂ ਤਿਆਰ ਕਰ ਰਹੇ ਹਾਂ ਉਹਦਾ ਪਾਰਟਸ ਆਪਾਂ ਨੂੰ ਮਿਲਦਾ ਗਾ। ਅਤੇ ਆਓ ਚੱਲੀਏ ਸ਼ੋਪ ਅੰਦਰ। ਬਾਕੀ ਆ ਹਿੱਸੇ ਵਗੈਰਾ ਦੇਖ ਲਓ, ਵੱਡੇ ਪਏ ਨੇ ਸਾਰੇ ਨਵੇਂ। ਚਲੋ ਬਾਕੀ ਆਪਾਂ ਅੱਗੇ ਚੱਲਦੇ ਹਾਂ, ਦੇਖਦੇ ਹਾਂ ਸਾਰਾ ਪਾਰਟਸ। ਆ ਲਾਈਟਾਂ ਨਾ ਰੇਡੀਏਟਰ ਵਗੈਰਾ ਆ ਗਏ ਸਾਰੇ, ਆ ਇੰਟਰ ਕੂਲਰ ਆ ਗਏ ਆਪਣੇ, ਆ ਡੀਜ਼ਲ ਫਿਲਟਰ ਹੈਪੀ, ਵਾਟਰ ਸਪਰੇਟਰ ਹੋ ਗਏ, ਸਿੰਗਲ ਵਾਲੇ ਵਗੈਰਾ ਸਾਰਾ ਅਸੀਂ ਦੇਖੀ ਜਾਂਦੇ ਹਾਂ। ਇੱਕ ਪੀਸ ਚੱਕ ਲਓ ਨਾ ਜਿਹੜਾ ਲੈਣਾ ਆਪਾਂ। ਡੀਜ਼ਲ ਪੰਪ ਵੇਖ ਕਿੱਥੇ ਪਏ ਹੈਗੇ ਨੀ। ਚਲੋ ਡੀਜ਼ਲ ਪੰਪ ਵਗੈਰਾ ਵੀ ਆਪਾਂ ਦੇਖਦੇ ਹਾਂ। ਕੋਈ ਨਹੀਂ, ਪਹਿਲਾਂ ਵੇਖ ਲਾ ਮੁੜ ਕੇ ਕੱਢ ਲੈਂਦੇ ਕਿਹੜਾ ਇੱਕ ਲਿਆ, ਸਾਰਾ ਰੇਟ ਵਗੈਰਾ ਪਤਾ ਕਰਦੇ ਹਾਂ ਆਪਾਂ। ਬਾਕੀ ਆ ਕੱਚ ਵਾਲੇ ਵਾਟਰ ਸਪਰੇਟਰ ਵੀ ਪਏ ਆ, ਜੇ ਲੈਣੇ ਤਾਂ ਦੂਸਰੇ ਵੀ ਪਏ ਜਾਵੇ, ਪਲਾਸਟਿਕ ਵਾਲੇ ਵੀ। ਬਾਕੀ ਆ ਵਾਇਰਾਂ ਵੂਰਾਂ ਨਵੀਆਂ, ਟਰਬੋ ਪਏ ਆ, ਟਰਬੋ ਵਗੈਰਾ ਪੰਪ ਪਏ ਆ, ਆਵੇ ਪਏ ਟਰਬੋ ਕਿੱਥੇ ਪੰਪ, ਸੈਲਫਾਂ ਵਗੈਰਾ। ਨਿਊ ਮਾਡਲ ਦੇ ਆ ਨਾ ਇੰਡੀਕੇਟਰ, ਸਾਰਾ ਕਲਸਟਰ ਮੀਟਰ ਹੋ ਗਿਆ ਨਾ। ਚਲੋ ਡੀਜ਼ਲ ਪੰਪ ਨਹੀਂ ਦੇਖਿਆ ਨਾ ਕਿੱਥੇ ਪਏ ਆ, ਚਲੋ ਦੇਖਦੇ ਹਾਂ। ਜੋ ਰੋਟਾਵੇਟਰ ਵਗੈਰਾ ਦੀਆਂ ਪੱਤੀਆਂ, ਬਾਕੀ ਆ ਪਾਈਪਾਂ ਪੁਪਾਂ ਨੂੰ ਸਾੜ ਦਿੰਦੇ ਨੇ ਇਹ, ਸਾੜ ਕੇ ਅਤੇ ਸਾਰਾ ਕੱਢ ਦਿੰਦੇ ਨੇ। ਬਾਕੀ ਰਿਮ ਵਗੈਰਾ ਸਾਰੇ ਵੱਢੇ ਪਏ ਆ, ਬਾਕੀ ਸਲਾਂਸਰ ਵਗੈਰਾ ਹੌਸਲਾ ਵਗੈਰਾ ਸਾਰਾ। ਇਹ ਆ ਸੋਨਾਲੀਕਾ ਦਾ ਕਬਰਸਤਾਨ, ਸਾਰੇ ਆ ਰਿਮ ਵਗੈਰਾ ਵੇਖੋ, ਵੱਢ ਕੇ ਕਿਸੇ ਕਾਰਨ ਕਰਕੇ ਰਿਜੈਕਟ ਕਰ ਦਿੰਦੇ ਨੇ ਇੱਥੇ। ਬਾਕੀ ਰੋਟਾਵੇਟਰ ਦੇ ਆ ਨਾ ਛਾਬੇ ਜੀ, ਰੋਟਾਵੇਟਰ ਦੀਆਂ ਸੀਟਾਂ ਵਗੈਰਾ ਹੋ ਗਈਆਂ ਨਾ, ਇਹ ਵੀ ਕਿਸੇ ਕਾਰਨ ਕਰਕੇ ਵੱਢ ਵੁੱਢ ਕੇ ਕੱਢੀਆਂ ਹੋਈਆਂ ਬਾਹਰ।
ਪੰਪ ਪੰਪ ਦਾ ਹੋਰ ਕਿਤੇ ਰੱਖੇ ਹੋਏ ਆ ਬੈਟਰੀਆਂ ਬੂਟਰੀਆਂ ਵਗੈਰਾ ਨਵੀਆਂ ਇਹਨਾਂ ਤੋਂ ਮਿਲ ਜਾਂਦੀਆਂ ਤੋਲ ਕੇ ਵਗੈਰਾ ਮਿਲਦੀਆਂ ਬੈਟਰੀਆਂ ਬੂਟਰੀਆਂ ਵੀ ਸਾਰੀਆਂ ਚਾਰ ਤਾਂ ਸਹੀ ਆ ਛੱਡ ਲਿਆ ਤੇ ਤਿੰਨ ਦਾ ਆ ਗਿਆ ਚਲੋ ਬਾਕੀ ਕਲਸਟਰ ਮੀਟਰ ਵੀ ਪੈ ਜਾਣਾ ਬਈ ਆ ਵੀ ਪਿਆ ਸਾਹਮਣੇ ਤਿੰਨ ਦਾ ਪੈ ਗਿਆ ਚਾਰ ਦਾ ਪਿਆ ਆਪਾਂ ਚਾਰ ਦੇ ਨਹੀਂ ਆਵਾਂਗੇ ਚਾਰ ਦੇ ਲੈ ਚੱਲ ਆ ਫਿਲਟਰ ਵੱਢ ਲਈ ਜਾਣੀ ਤਲ ਲੱਕਾਂ ਵਗੈਰਾ ਨਵੀਆਂ ਜਮਾ ਹਾਂ ਆਪਾਂ ਇੱਥੇ ਟਰੈਕਟਰ ਵੀ ਇਹਨਾਂ ਕੋਲ ਖੜੇ ਨੇ ਟਰੈਕਟਰ ਏਜੰਸੀ ਚੋਂ ਚੱਕੇ ਵੇ ਅਤੇ ਸੋ ਆਪਾਂ ਗੋਦਾਮ ਦੇ ਵਿੱਚ ਚੱਲਦੇ ਹਾਂ ਜਿੱਥੋਂ ਕੰਪਨੀ 'ਚੋਂ ਸਿੱਧੇ ਟਰੈਕਟਰ ਇਹਨਾਂ ਕੋਲ ਆਏ ਹੋਏ ਨੇ ਅਤੇ ਬਾਕੀ ਗੋਦਾਮ ਦਾ ਗੇਟ ਖੋਲ੍ਹ ਰਹੇ ਨੇ ਭਰਾ ਓਕੇ ਅਤੇ ਚਲੋ ਦੇਖਦੇ ਆਪਾਂ ਕਿਉਂਕਿ ਬਾਕੀ ਆਰ ਏ ਵਗੈਰਾ ਦੇ ਨਾਲ ਹੀ ਇਹਨਾਂ ਦਾ ਗਡਾਊਨ ਹੈਗਾ ਬਾਕੀ ਕਿਸੇ ਭਰਾ ਨੇ ਟਰੈਕਟਰ ਤਿਆਰ ਵਗੈਰਾ ਕਰਾਉਣਾ ਹੋਵੇ ਬਾਕੀ ਇੱਧਰ ਟਰੈਕਟਰ ਵੀ ਇਹਨਾਂ ਕੋਲ ਪਏ ਨੇ ਖੁੱਲ੍ਹੇ ਵੇ ਇੰਜਨ ਵਗੈਰਾ ਸਾਰੇ ਟਰੈਕਟਰਾਂ ਦੇ ਹਾਂ 4x4 ਆ ਸਾਰਾ ਕੰਪਲੀਟ ਹੀ ਦੇਣਗੇ ਹਿੱਸਾ ਵਗੈਰਾ ਨਾ ਸਾਰਾ ਜੇ ਕਿਸੇ ਭਰਾ ਨੇ ਟਰੈਕਟਰ ਵਗੈਰਾ ਲੈਣਾ ਹੋਵੇ ਤਾਂ ਵੀ ਸਾਰੇ ਟਰੈਕਟਰ 4x4 ਡਰਾਈਵ ਸਾਰੇ ਖੜ੍ਹੇ ਨੇ ਇਹਨਾਂ ਕੋਲ ਮੈਸੀ ਵਗੈਰਾ ਦੇਖਦੇ ਹਾਂ ਦੇਖਦੇ ਹਾਂ ਬਾਕੀ ਦਿਖਾ ਦੇ ਕੇ ਆਪਣੇ ਬੇਲੀਆਂ ਨੂੰ ਆਪਣੇ ਸੱਜਣ ਮਿੱਤਰਾਂ ਨੂੰ ਦਿਖਾ ਦੇ ਕੇ ਟਰੈਕਟਰ ਪਾ ਆਉਂਦੇ ਹਾਂ ਉੱਧਰ ਵੀ ਬਾਕੀ ਆ ਟਰੈਕਟਰ ਦੇਖੋ ਪੁਰਾਣੇ ਤਾਂ ਪੁਰਾਣੇ ਖੜ੍ਹੇ ਨੇ ਕਿਉਂਕਿ ਸਾਡਾ ਸੱਜਣੋਂ ਦਿਖਾਉਣ ਦਾ ਫਰਜ਼ ਹੁੰਦਾ ਗਾ ਕਿਉਂਕਿ ਬਹੁਤ ਘੱਟ ਚੱਲੇ ਹੁੰਦੇ ਨੇ ਟਰੈਕਟਰ ਇਹ ਸਿਰਫ ਇਹ ਉੱਥੇ ਚੱਲਦੇ ਨੇ ਜਿੱਥੇ ਟਰੈਕਟਰ ਆਪਣੇ ਮੇਨ ਜਿਵੇਂ ਏਅਰਪੋਰਟ ਵਗੈਰਾ 'ਤੇ ਚੱਲਦੇ ਨੇ ਜਾਂ ਕੋਈ ਐਕਸੀਡੈਂਟ ਹੋ ਜਾਂਦੇ ਟਰੈਕਟਰ ਨਵੇਂ ਕਿਉਂਕਿ ਆਹ ਨਵਾਂ ਟਰੈਕਟਰ ਹੀ ਐਕਸੀਡੈਂਟ ਹੋਇਆ ਖੜ੍ਹਾ ਵੇਖੋ ਸੋਇਲਸ ਹੀ ਲੱਗ ਰਿਹਾ ਦੇਖੋ ਨਵਾਂ ਟਰੈਕਟਰ ਹੀ ਐਕਸੀਡੈਂਟ ਹੋਇਆ ਵਾ ਜਮਾਂ ਬਿਲਕੁਲ ਨਿਊ ਕੰਪਨੀ ਦਾ ਟਰੈਕਟਰ ਜਮਾਂ ਨਵਾਂ ਹੀ ਟੁੱਟ ਗਿਆ ਬਾਕੀ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਟਰੈਕਟਰ
ਆ ਤਾਂ 90 HP ਵਾਲਾ ਲੱਗਦਾ ਨਾ, 90 ਵਾਲਾ ਹਾਂ ਬੜਾ ਵੱਡਾ ਕੰਪਲੀਟ ਟਰੈਕਟਰ ਵਗੈਰਾ ਸਾਰੀ ਕੰਪਲੀਟ ਹੈ। ਨਾ ਦੇਖੋ ਸਾਰੇ ਕੰਪਲੀਟ ਨਵੇਂ ਤੇ ਨਵੇਂ ਟਰੈਕਟਰ ਖੜੇ ਨੇ ਇੱਥੇ, ਕਿਉਂਕਿ ਟਰਬੋ ਟਰਬੋ ਜਦੋਂ ਤਾਰੇ ਵੀ ਹੈ ਨਾ ਇਹਨਾਂ ਟਰੈਕਟਰਾਂ ਦੇ ਸਾਰਿਆਂ ਦੇ, ਹਾਂ ਵੇਖ ਵੁੱਕ ਜਾਂਦੇ ਹੈ ਨਾ। ਬਾਗਾਂ ਬੁੱਗਾਂ ਵਾਲੇ ਟਰੈਕਟਰ ਸਾਰੇ, ਕਿਉਂਕਿ ਇਹ ਟਰੈਕਟਰ ਸਾਰੇ ਤੋਲ ਕੇ ਹੀ ਮਿਲਦੇ ਨੇ ਇਹਨਾਂ ਕੋਲ ਸਾਰੇ ਟਰੈਕਟਰ। ਵੈਸੇ ਰੇਟ 130 ਰੁਪਏ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਤੋਲ ਕੇ ਮਿਲਦੇ ਨੇ ਸਾਰੇ ਟਰੈਕਟਰ ਇਹਨਾਂ 'ਚੋਂ, ਕਿਉਂਕਿ ਟਾਇਰ ਵਗੈਰਾ ਵੀ ਨਵੇਂ ਮਿਲ ਜਾਂਦੇ ਨੇ ਇਹਨਾਂ ਕੋਲ ਸਾਰੇ ਟਰੈਕਟਰਾਂ ਦੇ ਤੋਲ ਕੇ। ਚਾਰ ਸਿਲੰਡਰ ਹੈ, 17-18 ਦੇ ਕਰੀਬ ਹੋਣਾ। CRD ਵਗੈਰਾ ਟਰੈਕਟਰ ਸਾਰੇ ਨੇ, ਕਿਉਂਕਿ ਇਹਨਾਂ ਨੇ ਜੋ ਕੰਪਨੀ ਨੇ ਟੈਸਟ ਤੇ ਕੱਢੇ ਹੋਣੇ ਟੈਸਟ ਲਿਆ ਹੋਊ ਸਾਰਿਆਂ ਦਾ। ਕਿਉਂਕਿ ਪਟਿਆਲੇ ਵਗੈਰਾ ਟਰੈਕਟਰ ਇੱਥੋਂ ਹੀ ਜਾਂਦੇ ਨੇ ਸਾਰੇ ਇਹਨਾਂ ਤੋਂ, ਕਿਉਂਕਿ ਟਰੈਕਟਰ ਖਰੀਦ ਲੈਂਦੇ ਨੇ ਸਾਰੇ, ਨਿਲਾਮ ਹੁੰਦੇ ਨੇ ਜਦੋਂ। ਭੱਜਣ ਭੱਜਣ ਵਾਲੇ ਰੋਡਾਂ ਤੇ ਤੋਂ ਬਾਅਦ ਚੱਲਦੇ ਆਪਾਂ ਗਡਾਊਨ ਤੇ ਉੱਥੇ ਦਿਖਾਉਂਦੇ ਤੁਹਾਨੂੰ ਜੋ ਜੋ ਪਾਰਟਸ ਆਪਣਾ ਮਿਲਦਾ। ਅੱਛਾ ਇੰਜਨ ਉੱਤੇ ਬਾਹੂ ਨੂੰ ਪਤਾ ਹੋਊਗਾ ਨਾ। ਚਲੋ ਉੱਥੋਂ ਲੈਂਦੇ ਹਾਂ ਮਡਗਾਰਡ ਵਗੈਰਾ ਦੇ ਨਟ ਬੋਲਟ ਜੋ ਆਪਾਂ ਪਾਏ ਨੇ ਉਹਨਾਂ ਦੇ ਕੋਲ ਤੋਲ ਕੇ। ਕੀ ਇੱਧਰ ਘਰ ਘੁਰ ਹੀ ਲੱਗਦਾ ਤਾਂ ਇਹਨਾਂ ਦਾ, ਠੀਕ ਹੈ ਅਵੇ ਨਹੀਂ ਲਿਆ ਹੋਣਾ ਇਹਨਾਂ ਦਾ। ਜੋ ਨਟ ਬੋਲਟ ਆਪਾਂ ਮਰਗਾੜਾਂ ਦੇ ਤੋਲ ਕੇ ਲੈ ਰਹੇ ਹਾਂ, ਬਾਕੀ ਆ ਵੇਖੋ ਗਰਾਰੀਆਂ ਵਗੈਰਾ ਜੇ ਕਿਸੇ ਨੂੰ ਭਰਾ ਨੂੰ ਚਾਹੀਦੀਆਂ ਨਾ ਤੋਲ ਕੇ ਮਿਲਦੀਆਂ ਸਾਰੀਆਂ ਇੱਥੇ, ਕਿਉਂਕਿ ਕਿੱਲੀਆਂ ਵਗੈਰਾ ਸਾਰੀਆਂ ਤੋਲ ਕੇ। ਆਹ ਦੇਖੋ ਸਪਰਿੰਗ ਵਗੈਰਾ ਪੈਡਲ ਦੇ ਸਾਰੇ ਨਵੇਂ ਨੇ ਬ੍ਰਾਂਡ ਨਿਊ। ਚਲੋ ਆਪਾਂ ਵੀ ਲੈਂਦੇ ਇਹਨਾਂ ਤੋਂ। ਚਲੋ ਸੱਜਣੋ ਬਾਕੀ ਆਪਾਂ ਵਰਕਸ਼ਾਪ 'ਤੇ ਆ ਗਏ ਸੀਗੇ, ਇਹ ਵਰਕਸ਼ਾਪ 'ਤੇ ਆ ਕੇ ਆਪਾਂ ਤੁਹਾਨੂੰ ਫੋਨ ਵਾਲੀ ਕਦੇ ਫਿਰ ਨਿਗਾਹ ਮਰਾ ਦਿੰਦੇ ਹਾਂ। ਚਲੋ ਪਹਿਲਾਂ ਤੁਹਾਨੂੰ ਵੀਡੀਓ 'ਚ ਦੇਖਿਆ ਤੁਸੀਂ ਆਪਣਾ ਜੋ ਹੁਸ਼ਿਆਰਪੁਰ ਆਪਾਂ ਇਸ ਟਰੈਕਟਰ ਦਾ ਪਾਰਟਸ ਲੈ ਕੇ ਆਏ ਹਾਂ, ਅਤੇ ਬਾਕੀ ਤੁਹਾਨੂੰ ਦੱਸਿਆ ਉੱਥੇ ਟਰੈਕਟਰ ਦਾ ਕੀ ਹਿਸਾਬ ਕਿਤਾਬ ਨਾਲ ਮਿਲਦਾ, ਅਤੇ ਕੀ ਕਿਉਂਕਿ ਪਟਿਆਲੇ ਵਗੈਰਾ ਵਾਲੇ ਸਮਾਨ ਸਾਰਾ ਉੱਥੋਂ ਕਈ ਚੱਕਦੇ ਨੇ, ਕਿਉਂਕਿ ਉਹ ਜਗ੍ਹਾ 'ਤੇ ਸਾਰਾ ਪਾਰਟਸ ਤੋਲ ਕੇ ਹੀ ਮਿਲਦਾ ਗਾ, ਟਰੈਕਟਰ ਵੀ ਨਵਾਂ ਤੋਲ ਕੇ ਮਿਲਦਾ ਮੇਰੇ ਹਿਸਾਬ ਨਾਲ। 130 ਰੁਪਈਆ ਪੁੱਛਿਆ ਤਾਂ ਨਹੀਂ ਗਾ, ਵੈਸੇ ਉਹ ਕਰ ਰਹੇ ਸੀ ਉੱਥੋਂ ਦੇ ਵੀ 130 ਰੁਪਏ ਤੋਲ ਕੇ ਮਿਲਦਾ ਟਰੈਕਟਰ ਵੀ ਸਾਰਾ ਨਵਾਂ, ਕਿਉਂਕਿ ਉਹ ਸਕਰੈਪ ਦਾ ਸਮਾਨ ਆਉਂਦਾ ਗਾ ਉੱਥੇ ਟਰੈਕਟਰ ਦੀ ਵਰਕਸ਼ਾਪ ਦੀ, ਜਿੱਥੋਂ ਟਰੈਕਟਰ ਤਿਆਰ ਹੁੰਦਾ ਉੱਥੇ ਸਫਾਈ ਹੁੰਦੀ ਜਦੋਂ ਸਾਰਾ ਪਾਰਟਸ ਇਹਨਾਂ ਨੂੰ ਦੇ ਦਿੰਦੇ ਆ। ਬਾਕੀ ਆ ਵੇਖ ਟੀਆਂ ਵਗੈਰਾ ਸਾਰਾ ਕੁਛ ਆਪਾਂ ਉਹ ਜਗ੍ਹਾ ਤੋਂ ਲੈ ਕੇ ਆਏ ਹਾਂ, ਟੀਆਂ ਵਗੈਰਾ ਸਾਰਾ ਨਵੀਆਂ ਪੈਪਾਂ ਵਗੈਰਾ ਸਾਰੀਆਂ ਉੱਥੋਂ ਲੈ ਕੇ ਆਏ ਹਾਂ ਆਪਾਂ। ਚਲੋ ਬਾਕੀ ਆਪਣਾ ਲੁਧਿਆਣੇ ਵਾਲੇ ਟਰੈਕਟਰ ਦਾ ਆਪਣਾ ਵਰਕ ਚੱਲ ਰਿਹਾ ਗਾ, ਬਾਕੀ ਆਪਾਂ ਆਹ ਟਾਈਮਿੰਗ ਕਵਰ ਦੇ ਵਿੱਚ ਇਹਦਾ ਲਿਫਟ ਪੰਪ ਫਿੱਟ ਕਰਤਾ ਆਪਾਂ ਇੱਥੇ, ਆਹ ਗਰਾਰੀ ਦੇ ਵਗੈਰਾ ਜਗਾੜ ਬਣਾ ਕੇ ਫਿਰ ਲਾ ਕੇ ਅਤੇ ਆਪਾਂ ਲਿਫਟ ਪੰਪ ਵਗੈਰਾ ਫਿੱਟ ਕਰਤਾ ਇਹਦੀ।
ਬਾਕੀ ਇਹਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰ ਰਹੇ ਹਾਂ, ਚੰਗੀ ਤਰ੍ਹਾਂ ਵਾਸ਼ ਕਰ ਰਹੇ ਹਾਂ ਆਪਾਂ ਟਰੈਕਟਰ ਨੂੰ, ਅਤੇ ਅੱਗ ਧੋ ਕੇ ਆਪਾਂ ਇਹਨੂੰ ਅਤੇ ਫਿਰ ਦੁਬਾਰਾ ਫਿਟਿੰਗ ਕਰ ਦਿਆਂਗੇ ਇਹਦੀ। ਅਤੇ ਚਲੋ ਬਾਕੀ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ। ਅਗਲਾ ਵਲੋਗ ਆਪਣਾ ਮਲੋਟ ਦਾ ਆਊਗਾ, ਅਤੇ ਮਲੋਟੋ ਆਪਾਂ ਇਸ ਟਰੈਕਟਰ ਦਾ ਹਿੱਸਾ ਵਗੈਰਾ ਲੈ ਕੇ ਆਵਾਂਗੇ, ਅਤੇ ਉਹ ਜ਼ਰੂਰ ਦਿਖਾਵਾਂਗੇ ਤੁਹਾਨੂੰ ਕਿਹੜਾ ਹਿੱਸਾ ਵਗੈਰਾ ਲਿਆ ਆਪਾਂ। ਅਤੇ ਧੰਨਵਾਦ, ਸਤਿ ਸ਼੍ਰੀ ਅਕਾਲ।